पटियाला नगर जिन्हां दी चरण छोह नाल वसदा है, जिन्हां दे आशीर्वाद सदका तरक्की दे राह ते आ, उस नौवें पातशाह श्री गुरु तेग बहादुर जी का गुरता गद्दी दिवस जिहड़ा सी ओह कल सीगा, ते उस संदर्भ दे विच असीं अज इत्थे इकट्ठे होए हां कि उहनां दे गुरता गद्दी दिवस नूं जिहड़ा है ओह इक इकत्तर हो के आपसी गल्लबात करके ਉਹਨਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੀਆਂ ਯਾਦਾਂ, ਉਹਨਾਂ ਦੀਆਂ ਗੱਲਾਂ ਬਾਤਾਂ, ਭਾਵ ਕਿ ਕੁੱਲ ਮਿਲਾ ਕੇ ਸਾਡਾ ਅਨੁਭਵ ਗੁਰਸੁਰਤ ਦੀ ਨੇੜਤਾ ਦੇ ਵਿੱਚ ਰਹਿ ਕੇ ਵਿਚਰ ਕੇ ਆਪਣਾ ਕਾਰਜ ਕਰੇ, ਉਸ ਕਾਰਜ ਲਈ ਜਿਹੜਾ ਹੈ ਅਸੀਂ ਅੱਜ ਇੱਥੇ ਇਕੱਠੇ ਹੋਏ ਤਾਂ ਉਹਦੇ ਵਿੱਚ ਗੁਰਤਾ ਗੱਦੀ ਦਿਵਸ ਦੇ ਸੰਦਰਭ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੰਜਵੇਂ ਸਪੁੱਤਰ ਸੀ ਅਤੇ ਉਹਨਾਂ ਦਾ ਜਨਮ ਤਾਂ ਅੰਮ੍ਰਿਤਸਰ ਵਿੱਚ ਹੋਇਆ। ਆਰੰਭ ਦਾ ਨਾਮ ਜਿਹੜਾ ਸੀ ਤਿਆਗਮਲ ਸੀ, ਪਰ ਕਰਤਾਰਪੁਰ ਦੀ ਜੰਗ ਦੇ ਵਿੱਚ ਉਹਨਾਂ ਦੁਆਰਾ ਦਿਖਾਏ ਗਏ ਜੰਗੀ ਜ਼ੋਹਰ ਤੋਂ ਖੁਸ਼ ਹੋ ਕੇ ਛੇਵੇਂ ਪੌਣਾ ਦੇ ਗੁਰੂ ਪਿਤਾ ਨੇ ਉਹਨਾਂ ਨੂੰ ਤੇਗ ਬਹਾਦਰ ਦੀ ਜਿਹੜੀ ਸੀ ਉਪਾਧੀ ਦੇ ਨਾਲ ਨਿਵਾਜਿਆ। ਉਸ ਤੋਂ ਬਾਅਦ ਵਿੱਚ ਕੁਝ ਸਮਾਂ ਉਹ ਅੰਮ੍ਰਿਤਸਰ ਰਹਿ ਕੇ ਫਿਰ ਉਹਨਾਂ ਨੇ ਇੱਕ ਤਿਆਗ ਵਾਲਾ ਜੀਵਨ ਜਿਹੜਾ ਸੀ ਉਹ ਉੱਥੇ ਚਲੇ ਗਏ, ਜਾਂ ਐਂ ਕਹਿ ਸਕਦੇ ਹਾਂ ਕਿ ਛੇਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਆਮ ਕਰਕੇ ਜਿਵੇਂ ਗੁਰਗੱਦੀ ਦਾ ਜਿਹੜਾ ਪਿਛਲਾ ਸਫ਼ਰ ਹੈ ਕਿ ਚੌਥੇ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪੁੱਤਰ ਨੂੰ ਜਿਹੜੀ ਆ ਗੁਰਗੱਦੀ ਹਾਸਲ ਹੁੰਦੀ ਆ, ਪਰ ਇੱਥੇ ਇਹ ਸਫ਼ਰ ਇੰਜ ਨਹੀਂ ਚੱਲਿਆ। ਹਾਲਾਂਕਿ ਨੌਵੇਂ ਪਾਤਸ਼ਾਹ ਨੇ ਗੁਰਗੱਦੀ 'ਤੇ ਤਾਂ ਆਉਣਾ ਸੀ, ਪਰ ਉਹਦਾ ਇੱਕ ਖਾਸ ਵਕਤ ਨੀਅਤ ਹੈ, ਉਸ ਗੱਦੀ ਨੇ ਆਪਣਾ ਸਫ਼ਰ ਕਰਕੇ ਕਿਸ ਪੜਾਅ ਦੇ ਉੱਤੇ ਉਸ ਚੀਜ਼ ਨੂੰ ਕਹਿ ਲਓ ਕਿ ਸਿੱਖੀ ਦੇ ਵਿਕਾਸ ਦੇ ਵਿੱਚ ਉਹ ਚੀਜ਼ ਦੀ ਐਂਟਰੀ ਕਦੋਂ ਹੋਣੀ ਹੈ, ਉਹਦਾ ਨੀਅਤ ਰਾਹ ਹੋਣ ਕਰਕੇ ਉਹ ਥੋੜ੍ਹੇ ਸਮੇਂ ਲਈ ਜਿਹੜਾ ਸੀ ਉਹ ਗੁਰੂ ਘਰ ਤੋਂ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਦੂਰ ਚਲੇ ਗਏ, ਅਸੀਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਆਮ ਕਰਕੇ ਸਾਡੀਆਂ ਪੁਰਾਤਨ ਕਿਤਾਬਾਂ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਕਿ ਉਹ ਭੌਰੇ ਦੇ ਵਿੱਚ ਚਲੇ ਗਏ, ਕਿ ਗੁਰੂ ਸਾਹਿਬ ਦੇ ਜਿਹੜੇ ਭੌਰੇ ਦਾ ਸਫ਼ਰ ਆ ਜਿਹੜਾ ਕਿ ਉਹਨਾਂ ਨੇ ਬਾਬੇ ਬਕਾਲੇ ਕੀਤਾ, ਜਿਸ ਤੋਂ ਬਾਅਦ ਵਿੱਚ ਉਹ ਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਹੋਏ, ਉਹ ਕਿਤੇ ਨਾ ਕਿਤੇ ਟੋਟਲ ਬ੍ਰਹਿਮੰਡੀ ਚੇਤਨਾ ਨੂੰ ਆਪਣੇ ਅੰਦਰ ਸਮੋਹ ਕੇ ਉਸ ਭੋਲੇ 'ਚ ਬੈਠੇ ਹੋਏ ਆ। ਨੋਟ ਇਹ ਕਿ ਕੋਈ ਇਹੋ ਜਿਹਾ ਕਿ ਦੁਨੀਆ ਤੋਂ ਵਿਰਾਗ ਹੋ ਕੇ ਕਿ ਉਹਨਾਂ ਤੋਂ ਉਪਰਾਮ ਹੋ ਕੇ ਨਹੀਂ ਉਸ ਥਾਂ 'ਤੇ ਬੈਠੇ ਹੋਏ, ਉਹਨਾਂ ਦੀ ਜਿਹੜੀ ਭੋਰੇ ਦਾ ਸਫ਼ਰ ਆ, ਜਿਵੇਂ ਕਿ ਦੁਨੀਆ ਤੋਂ ਉਪਰਾਮ ਹੋ ਕੇ ਬੰਦਾ ਕਿਸੇ ਅਲੈਦਗੀ ਦੇ ਵਿੱਚ ਚੱਲਿਆ ਜਾਂਦਾ, ਕੋਈ ਇਹੋ ਜਿਹਾ ਸਫ਼ਰ ਨਹੀਂ ਹੈ, ਉਹ ਤੇਗ ਦੇ ਤਾਂ ਨਹੀਂ ਨੇ, ਉਸ ਤੋਂ ਬਾਅਦ ਵਿੱਚ ਭੋਰੇ ਦਾ ਸਫ਼ਰ ਸ਼ੁਰੂ ਹੁੰਦਾ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਨਿਰਾਲੀ ਘਟਨਾ। ਤਾਂ ਉਹਦੇ ਵਿੱਚੋਂ ਦੀ ਜਦੋਂ ਅੱਠਵੇਂ ਪਾਤਸ਼ਾਹ ਦਿੱਲੀ ਦੇ ਵਿੱਚ ਕਹਿਣ ਨੂੰ ਤਾਂ ਬਾਦਸ਼ਾਹ ਦੇ ਸੁਨੇਹੇ ਦੇ ਉੱਤੇ ਕਿ ਉਹ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਅਤੇ ਤੋ ਉਹਨਾਂ ਨੂੰ ਸੱਦਾ ਭੇਜਿਆ ਜਾਂਦਾ ਹੈ, ਰਾਜਾ ਮਾਨ ਸਿੰਘ ਦੁਆਰਾ ਆਪਣਾ ਮੰਤਰੀ ਭੇਜਿਆ ਜਾਂਦਾ ਹੈ ਅੱਠਵੇਂ ਪਾਤਸ਼ਾਹ ਨੂੰ ਲੈਣ ਲਈ ਕਿ ਤੁਸੀਂ ਉੱਥੇ ਆਓ। ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਅੱਠਵੇਂ ਪਾਤਸ਼ਾਹ 5 ਸਾਲ ਦੀ ਆਜੂ ਹੈ ਜਦੋਂ ਉਹ ਗੁਰਗੱਦੀ 'ਤੇ ਆਉਂਦੇ ਆ, ਤਾਂ ਗੁਰੂ ਪਿਤਾ ਦੀ ਆਗਿਆ ਦੇ ਨਾਲ ਉਹ ਇਹ ਤਾਂ ਦਿੱਲੀ ਜਾਣਾ ਤਾਂ ਮੰਨ ਲੈਂਦੇ ਆ, ਪਰ ਗੁਰੂ ਪਿਤਾ ਦੀ ਆਗਿਆ ਇਹ ਹੈ ਕਿ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣੇ। ਤਾਂ ਉੱਥੇ ਜਾ ਕੇ ਵੀ ਉਹ ਇਸ ਗੱਲ ਦੇ ਉੱਤੇ ਕਹਿ ਦਿੰਦੇ, ਆਪਣਾ ਫੈਸਲਾ ਦੇ ਦਿੰਦੇ ਹੈ ਕਿ ਅਸੀਂ ਮਾਨ ਸਿੰਘ ਦੇ ਕਹਿਣ 'ਤੇ ਦਿੱਲੀ ਤਾਂ ਆ ਗਏ। ਉਹਦੇ ਘਰ ਜਿਹਨੂੰ ਉਹ ਬਗਲਾ ਸੀ ਉਹ ਬਾਅਦ 'ਚ ਬਗਲਾ ਸਾਹਿਬ ਹੋ ਗਿਆ ਗੁਰੂ ਸਾਹਿਬ ਦੇ ਚਰਨ ਦੀ ਛੋਹ ਨਾਲ, ਪਰ ਉਹ ਬਾਦਸ਼ਾਹ ਨੂੰ ਦਰਸ਼ਨ ਨਹੀਂ ਦਿੰਦੇ। ਇਸ ਗੱਲ ਦਾ ਕਿ ਉਹ ਦਰਸ਼ਨ ਕਿਉਂ ਨਹੀਂ ਦਿੰਦੇ, ਇਹਦਾ ਥੋੜ੍ਹਾ ਜਿਹਾ ਨੁਕਤਾ ਸਮਝਣ ਜੋਗਾ। ਆਮ ਕਰਕੇ ਕਹਿੰਦੇ ਨੇ ਕਿ ਗੁਰੂ ਪਿਤਾ ਦੀ ਆਗਿਆ ਸੀ ਅਤੇ ਉਹਨਾਂ ਨੇ ਇਹ ਕਹਿਤਾ ਕਿ ਮੈਂ ਗੁਰੂ ਪਿਤਾ ਕਹਿ ਗਏ ਸੀ ਇਸ ਕਰਕੇ ਮੈਂ ਨਹੀਂ ਜਾਵਾਂਗਾ। ਹਾਲੇ ਉਹਨਾਂ ਦੀ 5 ਸਾਲ ਦੀ ਆਜੂ ਵੀ ਥੋੜ੍ਹਾ ਜਿਹਾ ਇਸ਼ਾਰਾ ਕਰਦੀ ਕਿ ਸ਼ਾਇਦ ਉਹ ਗੁਰੂ ਦੀ ਠੀਕ ਹੈ ਉਹ ਸਿੱਖਿਆ, ਪਰ ਜਦੋਂ ਉਹ ਖੁਦ ਗੱਦੀ 'ਤੇ ਹੈ ਤਾਂ ਇਸ ਰਮਜ ਨੂੰ ਸਮਝਣ ਲਈ ਕਿ ਉਹ ਕਿਉਂ ਪਾਤਸ਼ਾਹ ਦੇ ਸਨਮੁੱਖ ਆਪਣੇ ਦਰਸ਼ਨ ਦੇ ਦਾਰੇ ਨਹੀਂ ਦਿੰਦੇ, ਇਸ ਗੱਲ ਨੂੰ ਅਰਦਾਸ ਦੇ ਵਿੱਚ ਉਹਨਾਂ ਦੇ ਸੰਬੰਧ ਦੇ ਵਿੱਚ ਆਉਂਦੀ ਜਿਹੜੀ ਇੱਕ ਸਤਰ ਹੈ ਕਿ ਗੁਰ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਿੱਠੈ ਸਭ ਦੁੱਖ ਜਾਏ। ਹੁਣ ਉਹਨਾਂ ਦੀ ਗੁਰੂ ਜੋਤ ਜਿਹੜੀ ਆ ਉਹ ਅੱਠਵੇਂ ਘਰ ਦੇ ਵਿੱਚ ਉਸ ਬਖਸ਼ਿਸ਼ ਦੇ ਕਹਿੰਦੇ ਕਿ ਘਰ ਦੇ ਵਿੱਚ ਆਪਣਾ ਪਸਾਰ ਕਰ ਰਹੀ ਆ ਜਿਹਦੇ ਦਰਸ਼ਨ ਮਾਤਰ ਨੇ ਹੀ ਸਾਰੇ ਦੁੱਖ ਕੱਟ ਦੇਣੇ ਨੇ, ਅਤੇ ਔਰ ਬਾਦਸ਼ਾਹ ਨੇ ਹਾਲੇ ਤੱਕ ਆਪਣੀ ਜ਼ਿੰਦਗੀ ਵਿੱਚ ਉਹ ਸਫ਼ਰ ਨਹੀਂ ਹਾਸਲ ਕੀਤਾ, ਉਹ ਮੁਕਾਮ ਹਾਸਲ ਨਹੀਂ ਕੀਤਾ, ਜਾਂ ਐਂ ਕਹਿ ਲਓ ਕਿ ਉਹਦੀ ਝੋਲੀ ਅਜੇ ਉੱਡੀ ਨਹੀਂ ਹੈ ਕਿ ਉਹਨੂੰ ਏਡਾ ਦਰਸ਼ਨ ਹੋ ਸਕੇ, ਇਸ ਕਰਕੇ ਗੁਰੂ ਸਾਹਿਬ ਉਹਨੂੰ ਦਰਸ਼ਨ ਨਹੀਂ ਦਿੰਦੇ। ਦੂਸਰਾ ਕਿ ਕਿਸੇ ਵੀ ਧਰਤੀ ਦਾ ਜਦੋਂ ਪ੍ਰੋਫਿਟ ਦੁੱਖ ਹਰਦਾ ਤਾਂ ਉਹ ਦੁੱਖ ਹਰਨ ਦਾ ਮਤਲਬ ਉਪਦੇਸ਼ ਨਹੀਂ ਹੁੰਦਾ, ਉਹਦੀ ਰਮਜ ਹੈ
ਜਾਂ ਉਹਦੀ ਕਹਿ ਲਓ ਕਿ ਕਰਮਤ ਸ਼ਬਦ ਵੀ ਨਿਕਾ ਰਹਿ ਜਾਂਦਾ ਕਿ ਉਹਦੀ ਇੱਛਾ ਹੈ ਜਾਂ ਉਹਦਾ ਆਸਾ ਹੈ ਕਿ ਉਹ ਇਹ ਕਰਦਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਚੇਚਕ ਰੋਗ ਫੈਲ ਗਿਆ ਤੇ ਉਹਨਾਂ ਕੋਲ ਆ ਕੇ ਬੇਨਤੀ ਹੋਈ ਕਿ ਇਸ ਦੁੱਖ ਨੂੰ ਤੁਸੀਂ ਦੂਰ ਕਰੋ ਤਾਂ ਕਿਹਾ ਜਾਂਦਾ ਕਿ ਅੱਠਵੇਂ ਪਾਤਸ਼ਾਹ ਨੇ ਇੱਕ ਸਰੋਵਰ ਦੇ ਵਿੱਚ ਆਪਣੇ ਚਰਨ ਰੱਖ ਕੇ ਬੈਠ ਗਏ ਤੇ ਇਹ ਉਪਦੇਸ਼ ਕੀਤਾ ਕਿ ਜਿਹੜਾ ਜਿਹੜਾ ਇੱਥੋਂ ਵੀ ਇਸ਼ਨਾਨ ਕਰਕੇ ਚੱਲਿਆ ਜਾਏਗਾ ਉਹਨੂੰ ਰੋਗ ਦੂਰ ਹੋ ਜਾਊਗਾ ਤੇ ਉਹ ਸਾਰੀ ਦਿੱਲੀ ਦਾ ਸਮੂਹਿਕ ਦੁੱਖ ਜਿਹੜਾ ਸੀ ਉਹਨਾਂ ਨੇ ਆਪ ਦੇ ਪਿੰਡੇ ਤੇ ਸਹਾਰਿਆ ਪ੍ਰੋਫਿਟ ਇਸ ਰੂਪ ਦੇ ਵਿੱਚ ਜਿਹੜਾ ਹੈ ਉਹ ਧਰਤੀ ਤੇ ਵਿਚਰਦਾ ਤੇ ਉਹਨਾਂ ਦੀ ਜੋਤ ਦਾ ਬਹੁਤ ਥੋੜੇ ਸਮੇਂ ਲਈ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋਣਾ ਕਿ ਜਿਹਦੇ ਦੇਖਣ ਨਾਲ ਕਿਉਂਕਿ ਮਨੁੱਖਤਾ ਦਾ ਦੁੱਖ ਉਹਦੇ ਨਾਲ ਹੀ ਚੱਲਣਾ ਹੁੰਦਾ ਉਹਨੇ ਖਤਮ ਨਹੀਂ ਹੋਣਾ ਹੁੰਦਾ ਇਸ ਕਰਕੇ ਅੱਠਵੇਂ ਪਾਤਸ਼ਾਹ ਦਾ ਜਿਹੜਾ ਗੁਰੂ ਪੀਰੀਅਡ ਹੈ ਜਿਹਦੇ ਵਿੱਚ ਉਹ ਇਸ ਘਰ 'ਚ ਨਿਵਾਸ ਹੈ ਕਿ ਜਿਸ ਜਿੱਥੇ ਸਭ ਦੁੱਖ ਜਾਏ ਉਹਨੇ ਬਹੁਤਾ ਸਮਾਂ ਧਰਤੀ ਦੇ ਉੱਤੇ ਨਹੀਂ ਸੀ ਰਹਿਣਾ ਇਹ ਉਹਦੀ ਰਮਜ ਨੂੰ ਸਮਝਣ ਲਈ ਕਾਫੀ ਆ ਜਦੋਂ ਉਹ ਇਸ ਧਰਤੀ ਤੋਂ ਸਰੀਰ ਕਰਕੇ ਚਲੇ ਜਾਂਦੇ ਆ ਤੇ ਅਗਲੀ ਜੋਤ ਦੇ ਹੋਣ ਦਾ ਇਸ਼ਾਰਾ ਜਿਹੜਾ ਹੈ ਉਹ ਦੇ ਜਾਂਦੇ ਆ ਪਰ ਉਹ ਕਲੀਅਰ ਨਹੀਂ ਦੇ ਕੇ ਜਾਂਦੇ ਇਹ ਅਸੀਂ ਸਾਰੇ ਜਾਣਦੇ ਹਾਂ ਮੱਖਣ ਸਾਹ ਲਵਾਣੇ ਹੋਣੀ ਚਲੋ ਜਿਹੜੀਆਂ ਘਟਨਾਵਾਂ ਅਸੀਂ ਜ਼ਿਆਦਾ ਤਫਸੀਲ 'ਚ ਜਾਣਦੇ ਹਾਂ ਮੈਂ ਉਹਨਾਂ ਦੇ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ ਕਿ ਉੱਥੇ 5 ਮੋਹਰਾਂ ਜਾਂ 2 ਮੋਹਰਾਂ ਦੀ ਗੱਲ ਆਉਂਦੀ ਆ ਕਿ ਜਦੋਂ ਉਹਨਾਂ ਨੇ ਰੱਖ ਕੇ ਮੱਥਾ ਟੇਕਿਆ ਤੇ ਉਹਨਾਂ ਨੇ ਉਹਦਾ ਅਹਿਦ ਯਾਦ ਕਰਵਾਇਆ ਕਿ ਤੂੰ ਜੋ ਕਹਿ ਕੇ ਆਇਆ ਸੀ ਉਹ ਇਹ ਨਹੀਂ ਹੈ ਬੇਸਿਕਲੀ ਇੱਕ ਗੁਰੂ ਮੋਹਰਾ ਨਹੀਂ ਚਾਹੁੰਦਾ ਉਹਦੇ ਪ੍ਰਗਟ ਹੋਣ ਦਾ ਰਹੱਸ ਇਸ ਚੀਜ਼ 'ਚ ਪਿਆ ਹੋਇਆ ਇਸ ਕਰਕੇ ਗੁਰੂ ਉਸ ਚੀਜ਼ ਨੂੰ ਯਾਦ ਕਰਵਾ ਦਿੰਦਾ ਪਰ ਨਾਲ ਦੀ ਨਾਲ ਅਸੀਂ ਇਹ ਵੀ ਦੇਖੋ ਕਿ ਗੁਰੂ ਘਰ ਦੇ ਵਿੱਚ ਜਦੋਂ ਮੱਖਣ ਸਾਹ ਲਵਾਣਾ ਆਉਂਦਾ ਮੱਖਣ ਸਾਹ ਲਵਾਣਾ ਆਮ ਬੰਦਾ ਨਹੀਂ ਹੈ ਕੋਈ ਆਮ ਮਨੁੱਖ ਨਹੀਂ ਹੈ ਉਹ ਜਹਾਜ਼ਾਂ ਦਾ ਮਾਲਕ ਆ ਜਦੋਂ ਉਹ ਤੁਰਦਾ ਉਹਦੇ ਨਾਲ ਇੱਕ ਸੈਨਿਕ ਟੁਕੜੀ ਨਾਲ ਤੁਰਦੀ ਆ ਉਹ ਇਕੱਲਾ ਨਹੀਂ ਤੁਰਦਾ ਕਿ ਇੱਕ ਐਂ ਹੈਗਾ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਜਦੋਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਪਹਿਲੀ ਆਇਆ ਉਹ 2 ਵਾਰ ਗਿਆ ਠੀਕ ਹੈ ਪਹਿਲੀ ਵਾਰ ਗੁਰੂ ਪ੍ਰਗਟ ਨਹੀਂ ਹੁੰਦਾ ਉਹ ਇਵੇਂ ਹੁੰਦਾ ਕਿ ਜਦੋਂ ਆਉਂਦਾ ਪੂਰੀ ਸੈਨਿਕ ਟੁਕੜੀ ਉਹਦੇ ਨਾਲ ਆਉਂਦੀ ਆ ਗੁਰੂ ਸਾਹਿਬ ਆਪਣੇ ਮਹਿਲ ਨੂੰ ਕਹਿੰਦੇ ਨੇ ਕਿ ਰੌਲਾ ਕਿਸ ਚੀਜ਼ ਦਾ ਹੈ ਭੋਰੇ 'ਚ ਬੈਠੇ ਨੇ ਉਹ ਕਹਿੰਦੇ ਕਿ ਐਂ ਕਰਕੇ ਇੱਕ ਤੁਹਾਡਾ ਸੇਵਕ ਜਿਹੜਾ ਹੈ ਮੱਖਣ ਸਾਹਿਬ ਲਵਾਣਾ ਉਹ ਆਇਆ ਅਤੇ ਉਹਦੇ ਨਾਲ ਉਹਦੀ ਫੌਜ ਵੀ ਆ ਉਹ ਕਹਿੰਦੇ ਗੁਰੂ ਘਰ ਦੇ ਵਿੱਚ ਫੌਜ ਦਾ ਕੀ ਮਤਲਬ ਉਹਨੂੰ ਕਹਿ ਜੇ ਆਉਣਾ ਤਾਂ ਸੇਵਕਾਂ ਵਾਂਗ ਆਵੇ ਨਹੀਂ ਤਾਂ ਚੱਲਿਆ ਜਾਵੇ ਮੱਖਣ ਸਾਹਿਬ ਲਵਾਣਾ ਇਸ ਗੱਲ ਤੋਂ ਉਹਦੇ ਅੰਦਰ ਕਹਿੰਦੇ ਕਿ ਇਹ ਕਿਵੇਂ ਸੰਭਵ ਹੋ ਸਕਦਾ ਉਹਨੂੰ ਇੱਥੋਂ ਕਿਤੇ ਲੱਗਦਾ ਕਿ ਇਸ ਘਰ ਦੇ ਵਿੱਚ ਕੁਝ ਹੈ ਫਿਰ ਅਗਲੀ ਘਟਨਾ ਵਾਪਰਦੀ ਹੈ ਕਿ ਉਹ ਮੋਹਰਾ ਰੱਖ ਕੇ ਗੁਰੂ ਸਾਹਿਬ ਨੂੰ ਪ੍ਰਗਟ ਕਰਦਾ ਤੇ ਗੁਰੂ ਰਾਧੋਰੇ ਦਾ ਹੋਕਾ ਜਿਹੜਾ ਹੈ ਉਹ ਜੱਗ ਦੇ ਉੱਤੇ ਦਿੰਦਾ ਪਰ ਨਾਲ ਦੀ ਨਾਲ ਇਹ ਦੇਖੋ ਕਿ ਜਦੋਂ ਇਹ ਗੱਲ ਉੱਥੇ ਕਿੰਨੇ ਗੁਰੂ ਬਣ ਕੇ ਬੈਠੇ ਨੇ ਤਾਂ ਇਹ ਗੱਲ ਧੀਰ ਮੱਲੀਆਂ ਨੂੰ ਵੀ ਪਤਾ ਕਰ ਲਈ ਤੇ ਧੀਰ ਮੱਲੀ ਉਹਨੇ ਧੀਰ ਮੱਲੀਆਂ ਕੋਲ ਜਿਹੜੀ ਆਦਿ ਗ੍ਰੰਥ ਦੀ ਬੀੜ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤੀ ਸੀ ਉਹ ਅੱਗੇ ਗੁਰੂ ਵੰਸ਼ ਜਿਹੜੇ ਧੀਰ ਮੱਲੀਏ ਨੇ ਉਹਨਾਂ ਕੋਲ ਸੀਗੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਨੂੰ ਲੈ ਕੇ ਉੱਥੇ ਬੈਠੇ ਸੀ ਤੇ ਆਪਣੇ ਆਪ ਨੂੰ ਗੁਰੂ ਹੋਣ ਦਾ ਐਲਾਨ ਕਰ ਰਹੇ ਸੀ ਪਰ ਜਦੋਂ ਨੌਵੇਂ ਪਾਤਸ਼ਾਹ ਇਸ ਰੂਪ ਦੇ ਵਿੱਚ ਪ੍ਰਗਟ ਹੋਏ ਤਾਂ ਉੱਥੇ ਸਭ ਤੋਂ ਵੱਡਾ ਡੇਰਾ ਤੇ ਸਭ ਤੋਂ ਵੱਡੀ ਚੜ੍ਹਤ ਵੀ ਉਹਨਾਂ ਕੋਲ ਹੀ ਉਸ ਸਮੇਂ ਜਾ ਰਹੀ ਸੀ ਕਿਉਂਕਿ ਗੁਰੂ ਬਾਣੀ ਉਹਨਾਂ ਕੋਲ ਸੀ ਤਾਂ ਜਦੋਂ ਉਹ ਉਹਨਾਂ ਨੂੰ ਜਾ ਕੇ ਪਤਾ ਲੱਗਿਆ ਤਾਂ ਕਿਹਾ ਜਾਂਦਾ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਉੱਤੇ ਗੋਲੀ ਚਲਾਈ ਇਸ ਗੱਲ ਦੇ ਵਿੱਚੋਂ ਕਿ ਉਹਨਾਂ ਨੇ ਗੁਰੂ ਤੇ ਹਮਲਾ ਕੀਤਾ ਮੱਖਣ ਸਾਹਿਬ ਲਵਾਣੇ ਹੋਣਾ ਨੇ ਉਹਨਾਂ ਦੇ ਡੇਰੇ ਤੇ ਹਮਲਾ ਕੀਤਾ ਸਾਰੇ ਡੇਰੇ ਨੂੰ ਤਹਿਸ ਨਹਿਸ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਸੀ ਉਹ ਉੱਥੋਂ ਚੱਕ ਲਏ ਹੁਣ ਜਦੋਂ ਬੀੜ ਗੁਰੂ ਘਰ ਪਹੁੰਚ ਗਈ ਹਾਲਾਂਕਿ ਬੀੜ ਨੇ ਗੁਰੂ ਘਰ ਦੇ ਵਿੱਚ ਹੀ ਪਹੁੰਚਣਾ ਹੈ ਤੇ ਉਹਨੇ ਗੁਰਗੱਦੀ ਵੀ ਉਹਨੂੰ ਜਾਣੀ ਆ ਗੁਰੂ ਸ਼ਬਦ ਨੂੰ ਮਿਲਣੀ ਆ ਪਰ ਗੁਰੂ ਤੇਗ ਬਹਾਦਰ ਜੀ ਜਦੋਂ ਉਹ ਬੀੜ ਇਸ ਰੂਪ ਦੇ ਵਿੱਚ ਡਾਢਿਆਂ ਵਾਂਗ ਉੱਥੇ ਜ਼ੋਰ ਨਾਲ ਚੱਕ ਲਿਆ ਉਹਨਾਂ ਤੋਂ ਡੇਰਾ ਤਬਾਹ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰਤਾ ਉਹ ਕਹਿੰਦੇ ਕਿ ਅਸੀਂ ਇਹ ਤੇ ਨਹੀਂ ਕਹਿੰਦੇ ਕਿ ਗੁਰਬਾਣੀ ਨੇ ਗੁਰੂ ਘਰ ਨਹੀਂ ਆਉਣਾ ਇਹਨੇ ਅਖੀਰੀ ਰੂਪ ਦੇ ਵਿੱਚ ਇੱਥੇ ਹੀ ਸਾਡੀ ਥਾਂ ਬਣਨੀ ਆ ਪਰ ਇਹ ਇਸ ਰੂਪ ਦੇ ਵਿੱਚ ਨਹੀਂ ਆਊਗੀ ਜਿਸ ਰੂਪ ਦੇ ਵਿੱਚ ਤੁਸੀਂ ਲੈ ਕੇ ਆਏ ਇਸ ਕਰਕੇ ਇਹ ਬੀੜ ਉਹਨਾਂ ਨੂੰ ਵਾਪਸ ਕਰਕੇ ਸਾਰੇ ਇਸ ਗੱਲ ਲਈ ਕਿ ਅਸੀਂ ਤਾਂ ਹੁਣ ਚੱਕ ਲਿਆ ਹੁਣ ਕਿਹੜੇ ਮੂੰਹ ਨਾਲ ਜਾ ਕੇ ਕਹਿ ਦਈਏ ਕਿ ਭਾਈ ਆਹ ਤੁਹਾਡੀ ਬੀੜ ਤਾਂ ਤੁਸੀਂ ਰੱਖ ਲਓ ਜਦੋਂ ਉਹ ਤਿਆਰ ਨਾ ਹੋਏ ਤਾਂ ਗੁਰੂ ਸਾਹਿਬ ਨੇ ਉਸ ਆਦਿ ਗ੍ਰੰਥ ਦੀ ਬੀੜ ਨੂੰ ਬਿਆਸ ਦਰਿਆ ਦੇ ਵਿੱਚ ਰੱਖ ਦਿੱਤਾ ਤੇ ਧੀਰ ਮੱਲੀਆਂ ਨੂੰ ਸੁਨੇਹਾ ਭੇਜ ਦਿੱਤਾ ਕਿ ਤੁਹਾਡੀ ਅਮਾਨਤ ਬਿਆਸ ਦਰਿਆ ਲੈ ਕੇ ਆ ਰਿਹਾ ਹੈ ਤੁਸੀਂ ਇਹਦੇ ਤੋਂ ਪ੍ਰਾਪਤ ਕਰ ਲਓ ਤੇ ਉਹ ਬੀੜ ਜਿਹੜੀ ਸੀ ਧੀਰ ਮੱਲੀਆਂ ਦੇ ਦੁਆਰਾ ਪ੍ਰਾਪਤ ਕੀਤੀ ਉਸ ਤੋਂ ਬਾਅਦ ਵਿੱਚ ਗੁਰੂ ਸਾਹਿਬ ਦਾ
गुरु पीरियड का जो काल है वह आरंभ होंदा है जिहदे विच उन्हां ने अमृतसर का नेड़े दे जिहड़े पिंड कस्बे ज शहर सीगे उत्थे दा सफर किया। अमृतसर वाली घटना का मैं हाले जिक्र नहीं करांगा, चलो तुसीं वध जाणदे हो कि उन्हां नूं दरबार साहिब दे दर्शनां लई दरवाजे बंद कर ले गए सी, चलो उह ज़्यादातर घटना चर्चा च रहिंदी। तां फिर उन्हां ने आनंदपुर साहब वसाए, आनंदपुर साहब की धरती उन्होंने पहले कहा जाता कि खरीदया, जिथे आनंदपुर बसाया उहदा पहला नाम नानकी चक रखिया, पर उस तो जिहड़ा उहदा पहला नाम सी जदों उहदे गुरु कोल नहीं सी पहुंचे उहदा नाम मखवाल सी, ते माखो जिहड़ा है वह एक कह लो कि जिहनूं साडियां पुराणियां कथावां दे विच जिहनूं दिओ कह दी दा उहदा नाम सी, ते उह शिव दा भगत सी। हुण शिव दा भगत ते शिव दीआं केसां दा ते केसां दे विच गंगा दा होणा ते उस थां दे उत्ते केसगढ़ साहब की स्थापना होना, यह अपने आप दे विच इक रिलेशन रखदा है कि शिव दी उह केस दा सफर ते उहदे भगत दा मखवाल दा वसाउणा ते गुरु साहब दा उत्थे जाके केसगढ़ साहब की स्थापना करना, यह एक वक्री चर्चा का विशा भी हो सकता, पर इत्थे जस्ट उहदा इशारा ही दे रहा हां अगला, क्योंकि यह गल इस चीज तो भी तुसीं जाणोगे कि गुरु तेग बहादुर साहब ने जदों नानकी चक वसा लिया ते वह दक्षण की यात्रा से चले गए, तो दक्षण की यात्रा के असीं सारे जानते हैं कि बंगाल के ढाके तक गए, पर उत्थे जाके देखो कि ढाके का सफर ठीक है कि गुरु साहब ने उत्थे जांदिया बहुत सारे वड्डे कार्ज भी किए, पर उन्होंने एक प्रमुख यह भी आ कि जिहड़े भारतीय चिंतन के यात्रावां के टोटल 52 पीठ ने उन्होंने गुरु नानक साहब ने बहुत सारे पहले ही यात्रावां कर लिया हुई, पर उहदा 52वां पीठ ढाके दे विच सी जिथे तक गुरु तेग बहादुर साहब पहुंचते हैं ते उस सफर नूं कंप्लीट कर। अगली गल कि गुरु तेग बहादुर तक पहुंचते हैं खालसा पंथ का सफर जिहड़ा कि गुरु नानक साहब के इस वाक तो शुरू होया सी कि जा तो प्रेम खेलन का जाओ सिर धर तली गली मरी आओ, इत मार्ग पैर त्रीजा सिर दीजा कान ना कीजा। तो वह सफर जदों गुरु तेग बहादुर साहब तक पहुंचा ਤਾਂ ਉੱਥੇ ਜਾ ਕੇ ਆਨੰਦਪੁਰ ਵਾਲੀ ਕਸ਼ਮੀਰੀ ਪੰਡਤਾਂ ਵਾਲੀ ਉਹ ਸਾਰੀ ਘਟਨਾ ਵਾਪਰਦੀ ਆ, ਤਾਂ ਬਹੁਤ ਵਾਰ ਉਹਨਾਂ ਨੂੰ ਹਿੰਦ ਦੀ ਚਾਦਰ ਲੋਕਾਂ ਦੀ ਭਲਾਈ ਕਰਨ ਵਾਲਾ ਕਸ਼ਮੀਰੀ ਪੰਡਤਾਂ ਦਾ ਰੱਖਿਅਕ ਇਹੋ ਜਿਹੇ ਰੂਪ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਪਰ ਉਹਦੇ ਵਿੱਚੋਂ ਦੀ ਤੁਸੀਂ ਜਿਹੜੀ ਚੀਜ਼ਾਂ ਹੋਰ ਸਾਹਮਣੇ ਆਉਂਦੀਆਂ ਉਹ ਇਹ ਆ ਕਿ ਗੁਰੂ ਦੇ ਨਾਲ ਜਿਹੜੇ ਸਿੱਖ ਸਫ਼ਰ ਕਰਦੇ ਆ ਅਤੇ ਜਿਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਜਿਹਨਾਂ ਦੇ ਵਿੱਚੋਂ ਭਾਈ ਜੱਤਾ ਜੀ ਭਾਈ ਦਿਆਲਾ ਜੀ ਇਹ ਨੇ, ਉਹਨਾਂ ਦੀ ਜਦੋਂ ਸ਼ਹਾਦਤ ਹੁੰਦੀ ਆ ਤਾਂ ਉਹ ਸ਼ਹਾਦਤ ਦੇ ਵੇਲੇ ਉਹਨਾਂ ਨੂੰ ਉਹਦਾ ਜਿਵੇਂ ਕਹਿੰਦੇ ਕਿ ਸ਼ਹਾਦਤ ਤੋਂ ਪਹਿਲਾਂ ਜਾਂ ਬੰਦੇ ਨੂੰ ਮਾਰਨ ਤੋਂ ਪਹਿਲਾਂ ਉਹਦੀ ਆਖਰੀ ਇੱਛਾ ਪੁੱਛੀ ਜਾਂਦੀ ਆ, ਉਹ ਗੁਰੂ ਸਾਹਿਬਾਨ ਨਾਲ ਗਏ ਹੋਏ ਸਿੱਖਾਂ ਨੂੰ ਜਦੋਂ ਸ਼ਹਾਦਤ ਦੇ ਐਨ ਆਖਰੀ ਮੁਕਾਮ 'ਤੇ ਉਹਨਾਂ ਦੀ ਇੱਛਾ ਪੁੱਛੀ ਗਈ ਤਾਂ ਉਹਨਾਂ ਦਾ ਇੱਕ ਹੀ ਕਹਿੰਦੇ ਕਿ ਜਵਾਬ ਸੀ ਕਿ ਠੀਕ ਹੈ ਤੁਸੀਂ ਆਪਣਾ ਕਰਮ ਕਰ ਸਕਦੇ ਹੋ ਜੋ ਤੁਹਾਨੂੰ ਹੁਕਮ ਹੈ, ਪਰ ਇਹ ਕਰਿਓ ਕਿ ਜਦੋਂ ਮੇਰੀ ਸ਼ਹਾਦਤ ਹੋਵੇ ਮੇਰਾ ਗੁਰੂ ਇਸ ਟਾਈਮ ਜਿਹੜੀ ਵੀ ਕੋਠੜੀ 'ਚ ਬੰਦ ਹੈ ਮੇਰਾ ਮੁੱਖ ਉਹਦੇ ਵਾਲੇ ਪਾਸੇ ਨੂੰ। ਇਹ ਉਹ ਸ਼ਹਾਦਤਾਂ ਦਾ ਸਫ਼ਰ ਸੀ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਨਾਲ ਕਿੰਨੀਆਂ ਹੀ ਗੱਲਾਂ ਜੋੜੀਆਂ ਜਾਂਦੀਆਂ, ਜਿਹਨਾਂ ਵਿੱਚੋਂ ਦੀ ਇੱਕ ਇਹ ਹੈ ਕਿ ਗੁਰੂ ਤੇਗ ਬਹਾਦਰ ਸ਼ਹਾਦਤ ਕੋਈ ਐਂ ਨਹੀਂ ਕਿ ਫੜ ਲਏ ਗਏ ਅਤੇ ਜਾ ਕੇ ਸ਼ਹੀਦ ਕਰ ਦਿੱਤੇ ਗਏ, ਉਹ ਸ਼ਹਾਦਤ ਦੇ ਮੁਕਾਮ ਤੱਕ ਆਪ ਚੱਲ ਕੇ ਜਾਂਦੇ ਆ, ਬਾਕੀ ਉਹ ਇੱਕ ਕਿਸਮ ਦੀ ਔਫਰ ਸ਼ਹਾਦਤ ਹੈ ਅਤੇ ਉਹ ਸ਼ਹਾਦਤ ਇਕੱਲੇ ਇਸ ਕਰਮ ਦੀ ਨਹੀਂ ਹੋ ਸਕਦੀ ਕਿ ਮੈਂ ਇਕੱਲੇ ਕਸ਼ਮੀਰੀ ਪੰਡਤਾਂ ਲਈ ਆਇਆ ਹਾਂ। ਉਹ ਕਹਿੰਦੇ ਕਿ ਜਿਹੜੇ ਰਾਹ ਨੂੰ ਮੈਂ ਪੈਦਾ ਕਰ ਰਿਹਾ ਤੇਰੀ ਬਾਦਸ਼ਾਹਤ ਔਰੰਗਜ਼ੇਬ ਦੀ ਉਹਦੇ ਸਾਹਮਣੇ ਇੱਕ ਚੈਲੇਂਜ ਖੜਾ ਕਰ ਰਹੀ ਆ ਜਿਹੜਾ ਜ਼ੁਲਮ ਦਾ, ਉਹ ਮੇਰੇ ਇਸ ਕੰਪਲੀਟ ਰੂਪ ਨੂੰ ਕਬੂਲ ਨਹੀਂ ਕਰਦਾ ਉਹਨੂੰ, ਇਸ ਕਰਕੇ ਮੈਂ ਉਹਦੀ ਸ਼ਹਾਦਤ ਦੇਣਾ ਹੈ ਕਿ ਮੈਂ ਉਹਨੂੰ ਕੰਪਲੀਟ ਕਰਾਂਗਾ। ਕਿਉਂਕਿ ਗੁਰੂ ਤੇਗ ਬਹਾਦਰ 'ਤੇ ਜਾ ਕੇ ਜਿਵੇਂ ਪਹਿਲਾਂ ਦੱਸਿਆ ਕਿ ਉਹ ਪੀਠ ਦਾ ਸਫ਼ਰ ਕਰਦੇ ਆ ਅਤੇ ਉਹਨੂੰ ਕੰਪਲੀਟ ਕਰਦੇ ਆ, ਗੁਰਬਾਣੀ ਨੂੰ ਜਿਹੜੀ ਰਚੀ ਗਈ ਉਹਦੇ ਵਿੱਚ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੁੰਦੀ ਆ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਗੁਰੂ ਘਰ ਦੀ ਉਸ ਚੀਜ਼ ਨੂੰ ਵੀ ਕੰਪਲੀਟ ਕਰਦੀ ਆ ਕਿ ਜਦੋਂ ਤੁਸੀਂ ਇਹ ਦੇਖੋ ਕਿ ਉਹ ਵੇਲਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਵੇਲਾ ਉਹ ਵੇਲਾ ਹੈ ਜਦੋਂ ਗੁਰੂ ਨੇ ਸਰੀਰ ਤੋਂ ਸ਼ਬਦ ਵਿੱਚ ਪਲਟ ਜਾਣਾ, ਅਤੇ ਸ਼ਬਦ ਵਿੱਚ ਪਲਟਣ ਤੋਂ ਪਹਿਲਾਂ ਇੱਕ ਜ਼ਰੂਰੀ ਸ਼ਰਤ ਵੀ ਆ ਕਿ ਗੁਰੂ ਦੇ ਸਰੀਰ ਦਾ ਅੰਸ਼ ਮਾਤਰ ਵੀ ਧਰਤੀ ਦੇ ਉੱਤੇ ਨਹੀਂ ਰਹਿਣਾ ਤਾਂ ਸ਼ਬਦ ਕੰਪਲੀਟ ਹੋਏਗਾ। ਤੇ ਇਹ ਸ਼ਹਾਦਤਾਂ ਦਾ ਸਫ਼ਰ ਨੌਵੇਂ ਪਾਤਸ਼ਾਹ ਤੋਂ ਆਰੰਭ ਹੁੰਦਾ ਹੈ
ਜਿਹੜੀਆਂ ਦੇ ਵਿੱਚ ਬਾਤ ਸਾਰੇ ਦੇ ਸਾਰੇ ਪਰਿਵਾਰ ਦੀ ਜਿਹੜੀ ਸ਼ਹਾਦਤ ਆ ਉਹ, ਕਿਉਂਕਿ ਜੇ ਗੁਰੂ ਸਰੀਰ ਦੀ ਅੰਸ਼ ਵੀ ਪਿੱਛੇ ਰਹਿੰਦੀ ਸੀ ਤਾਂ ਸ਼ਬਦ ਕੰਪਲੀਟ ਨਹੀਂ ਸੀ ਹੁੰਦਾ। ਗੁਰੂ ਗ੍ਰੰਥ ਸਾਹਿਬ ਨੇ ਜਦੋਂ ਗੁਰਗੱਦੀ ਹਾਸਲ ਕਰਨੀ ਹੈ ਤੇ ਉਹਨੇ ਉਹਦੀ ਸਰੀਰਕ ਅਲਹਿਦਗੀ ਨੂੰ ਨਹੀਂ ਰੱਖਣਾ, ਉਹਦੇ ਵਿੱਚ ਸਮੋਹ ਲੈਣਾ ਹੈ। ਤੇ ਇਹ ਸਫ਼ਰ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਜਿਹੜਾ ਸੀ ਉਹ ਆਰੰਭ ਹੋਇਆ, ਤੇ ਅੱਗੇ ਸ਼ਹਾਦਤਾਂ ਦਾ ਸਫ਼ਰ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਅੱਗੇ ਅਖੀਰ ਤੱਕ, ਤੇ ਗੁਰੂ ਗ੍ਰੰਥ ਸਾਹਿਬ ਦੀ ਕਹਿ ਲਓ ਕਿ ਗੁਰਗੱਦੀ ਹਾਸਲ ਕਰਨ ਤੱਕ ਜਿਹੜਾ ਸੀ, ਸ਼ਬਦ ਦੇ ਗੁਰੂ ਤੱਕ ਪਲਟਣ ਤੱਕ ਜਿਹੜਾ ਸੀ ਉਹ ਲਗਾਤਾਰ ਚੱਲਦਾ ਰਿਹਾ।